ਵਾਹਿਗੁਰੂ ਜੀ, ਲਓ ਆ ਗਿਆ ਮੇਰਾ ਬੇਟਾ। ਪਿਛਲੀ ਵੀਡੀਓ 'ਚ ਤੁਸੀਂ ਵੇਖਿਆ ਸੀ ਕਿ ਮੈਂ ਸਾਗ ਬਣਾਇਆ ਸੀ। ਮੇਰੇ ਬੇਟੇ ਦੀ ਫਰਮਾਇਸ਼ ਸੀ ਕਿ ਸਾਗ ਬਣਾਇਓ, ਅਤੇ ਉਹ ਆਏ ਆ। ਹੁਣ ਰਾਤ ਦੇ 8 ਵਜੇ ਦਾ ਟਾਈਮ ਆ, ਅਤੇ ਨਾਲ ਉਹਦਾ ਫਰੈਂਡ ਵੀ ਆ, ਅਤੇ ਦੋਵੇਂ ਜਣੇ ਆਏ ਲਾਗੋਂ। ਇੱਕ ਮੁੰਡਾ ਲੈ ਕੇ ਆਇਆ ਇਹਨਾਂ ਨੂੰ ਜਾ ਕੇ ਬੱਸ ਸਟੈਂਡ ਤੋਂ, ਅਤੇ ਲਓ ਦੋਵੇਂ ਭਰਾ ਮਿਲਣ ਡਏ ਆ ਹੁਣ, ਬੜੇ ਦਿਨਾਂ ਬਾਅਦ ਮਿਲੇ ਆ। ਅਤੇ ਚਲੋ ਜੀ, ਚੱਲਦੇ ਹਾਂ ਹੁਣ ਅੰਦਰ ਆਪਣੇ ਬੈਗ ਵਗੈਰਾ ਰੱਖਣਗੇ, ਅਤੇ ਫਿਰ ਚੇਂਜ ਕਰਕੇ ਫਰੈਸ਼ ਹੋ ਕੇ ਅਤੇ ਰੋਟੀ ਖਾਣਗੇ। ਕਾਫੀ ਟਾਈਮ ਹੋ ਗਿਆ ਰਾਤ ਦਾ। ਲਓ ਜੀ, ਸਾਗ ਨਾਲ ਗਰਮ ਗਰਮ ਰੋਟੀ ਨਾਲ, ਦਹੀਂ ਨਾਲ, ਮੱਖਣ ਨਾਲ, ਗਾਜਰਾਂ ਦਾ, ਹਰੀਆਂ ਮਿਰਚਾਂ ਦਾ, ਅਦਰਕ ਦਾ ਅਚਾਰ। ਅਤੇ ਮੁੰਡਾ ਪਹਿਲੀ ਵਾਰ ਆਇਆ UP, ਇਹ ਪੰਜਾਬ ਦਾ ਮੁੰਡਾ ਆ, ਅਤੇ ਇਹਨੇ ਕਦੀ ਚੌਲਾਂ ਦੇ ਆਟੇ ਦੀ ਰੋਟੀ ਖਾਧੀ ਨਹੀਂ ਆ, ਅਤੇ ਇਹ ਵੀ ਹੁਣ ਅੱਜ ਫਸਟ ਟਾਈਮ ਇਹ ਰੋਟੀ ਖਾਣ ਡਿਆ, ਅਤੇ ਕਹਿੰਦਾ ਮੈਨੂੰ ਟੇਸਟੀ ਲੱਗੀ ਹੈ। ਮੈਂ ਦੋਵੇਂ ਤਰੀਕੇ ਦੀ ਰੋਟੀ ਬਣਾਈ ਆ, ਕਣਕ ਦੀ ਵੀ ਅਤੇ ਚੌਲਾਂ ਦੇ ਆਟੇ ਦੀ ਵੀ, ਅਤੇ ਕਹਿੰਦੇ ਵਧੀਆ ਲੱਗਣ ਡਈ। ਅਤੇ ਮੈਂ ਨਾਲ ਦੀ ਨਾਲ ਗਰਮ ਗਰਮ ਬਣਾਈ ਜਾਂਦੀ ਹਾਂ, ਅਤੇ ਇਹ ਖਾਈ ਜਾਂਦੇ ਆ, ਕਿਉਂਕਿ ਠੰਡੀ ਹੋ ਕੇ ਫਿਰ ਰੋਟੀ ਥੋੜ੍ਹੀ ਜਿਹੀ ਹਾਰਡ ਹੋ ਜਾਂਦੀ ਨਾ, ਅਤੇ ਗਰਮ ਗਰਮ ਰੋਟੀ ਸਾਗ ਨਾਲ ਵਧੀਆ ਲੱਗਦੀ ਆ। ਲਓ ਜੀ, ਇਹਨਾਂ ਦੇ ਡਿਨਰ ਤੋਂ ਬਾਅਦ ਹੁਣ ਇਹਨਾਂ ਦੇ ਲੱਗ ਗਿਆ ਬਿਸਤਰ, ਅਤੇ ਇਹ ਕਰਨਗੇ ਰੈਸਟ, ਅਤੇ ਫਿਰ ਅਗਲੀ ਸਵੇਰ ਦੀ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ। ਅਤੇ ਇਹ ਸਵੇਰ ਦੇ 8 ਵਜੇ ਆ, ਅਤੇ ਮੈਂ ਚਾਹ ਲੈ ਕੇ, ਥੋੜ੍ਹੇ ਬੱਚੇ ਲੇਟ ਹੀ ਉੱਠੇ ਸੀ, ਅਤੇ ਟੇਬਲ ਲਿਆਉਣਾ ਮੈਂ ਭੁੱਲ ਗਈ, ਅਤੇ ਹੁਣ ਮੈਂ ਦੁਬਾਰਾ ਟੇਬਲ ਲੈ ਕੇ ਆਉਂਦੀ ਹਾਂ, ਤਾਂ ਕਿ ਬੱਚੇ ਵਧੀਆ ਕਰਕੇ ਚਾਹ ਪੀ ਲੈਣ। ਅਤੇ ਤੁਸੀਂ ਵੀਡੀਓ ਛੱਡ ਕੇ ਕਿਤੇ ਨਾ ਜਾਇਓ, ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਲਓ ਜੀ, ਸਰਦੀਆਂ ਵਿੱਚ ਹਲਕੀ ਹਲਕੀ ਸਵੇਰ ਦੀ ਧੁੱਪ ਹੋਵੇ, ਅਤੇ ਧੁੱਪੇ ਬਹਿ ਕੇ ਸਵੇਰ ਦੀ ਚਾਹ ਪੀਣ ਦਾ ਵੀ ਵੱਖਰਾ ਹੀ ਮਜ਼ਾ ਹੁੰਦਾ ਆ, ਅਤੇ ਬਹੁਤ ਵਧੀਆ ਲੱਗਦਾ ਸਵੇਰ ਨੂੰ। ਮੱਠੀ ਮੱਠੀ ਠੰਡ ਹੋਵੇ, ਮੱਠੀ ਮੱਠੀ ਧੁੱਪ ਹੋਵੇ, ਅਤੇ ਫਿਰ ਚਾਹ ਪੀਓ। ਅਤੇ ਬੇਟਾ ਕਹਿੰਦਾ ਅੱਜ ਮੈਨੂੰ PG 'ਚੋਂ ਸੱਦ ਲਿਆ, ਸੰਡੇ ਵਾਲੇ ਦਿਨ ਹਰ ਸੰਡੇ ਨੂੰ ਆ ਜਾਂਦਾ ਆ, ਅਤੇ ਕਹਿੰਦਾ ਉੱਥੇ ਪਰੌਂਠੇ ਮਿਲਦੇ ਹੁੰਦੇ ਆ ਆਲੂ ਵਾਲੇ, ਅਤੇ ਮੈਨੂੰ ਇੱਥੇ ਬੁਲਾ ਲੈਂਦੇ ਆ। ਅਤੇ ਫਿਰ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਸਵੇਰੇ ਆਲੂਆਂ ਦੇ ਪਰੌਂਠੇ ਹੀ ਬਣਾ ਦਿੰਦੇ ਹਾਂ, ਅਤੇ ਮੈਂ ਆਲੂ ਉਬਲਣੇ ਰੱਖ ਕੇ ਆਈ ਹਾਂ, ਅਤੇ ਹੁਣ ਇਹਨਾਂ ਵਾਸਤੇ ਆਲੂ ਦੇ ਪਰੌਂਠੇ ਬਣਾਵਾਂਗੇ। ਕੱਟਾ ਭਰ ਕੇ ਖੋਲ ਕੇ ਜਾਂਦੇ ਨੇ ਇਧਰ ਵੀ ਜਾਂਦੇ ਆ ਤੀਨ ਲੈ ਜੇ ਤੁਸੀਂ ਮੇਰੇ ਵਾਸਤੇ ਰੱਖਨੇ ਪੰਜ
ਅਤੇ ਲਓ ਜੀ ਹੁਣ ਆ ਗਈ ਮੈਂ ਕਿਚਨ ਵਿੱਚ। ਆਲੂ ਉਬਾਲ ਲਏ ਸੀ ਅਤੇ ਆਲੂਆਂ ਨੂੰ ਵਧੀਆ ਕਰਕੇ ਛਿੱਲ ਕੇ ਅਤੇ ਇਹਨਾਂ ਨੂੰ ਮੈਂ ਮੈਸ਼ ਕਰ ਲੈਂਦੀ ਹਾਂ ਵਿੱਚ, ਥੋੜ੍ਹਾ ਜਿਹਾ ਪਿਆਜ਼ ਕੱਟ ਕੇ ਪਾ ਲਾਂਗੇ ਅਤੇ ਨਾਲ ਇਹਨਾਂ ਦੇ ਵਿੱਚ ਮਸਾਲੇ ਪਾ ਕੇ ਸਾਰੇ ਆਲੂ ਮੈਂ ਰੈਡੀ ਕਰ ਲੂੰਗੀ ਪਰੌਂਠੇ ਬਣਾਉਣ ਵਾਸਤੇ। ਅਤੇ ਲਓ ਜੀ ਆਲੂਆਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਦਹੀਂ ਵਿੱਚ ਨਮਕ ਮਿਰਚ ਮਸਾਲਾ ਪਾ ਕੇ ਆਪਾਂ ਇਹਨੂੰ ਰੈਡੀ ਕਰ ਲੈਂਦੇ ਹਾਂ। ਅਤੇ ਪਰਾਂਠੇ ਖਾਣ ਦਾ ਤਾਂ ਹੀ ਫਾਇਦਾ, ਨਾਲ ਦਹੀਂ ਹੋਵੇ, ਮੱਖਣ ਹੋਵੇ, ਸਰਦੀਆਂ ਦਾ ਮੌਸਮ ਹੋਵੇ, ਫਿਰ ਧੁੱਪ 'ਚ ਬਹਿ ਕੇ ਖਾਓ ਅਤੇ ਵਾਹ, ਉਹਦਾ ਸਵਾਦ ਹੀ ਵੱਖਰਾ ਆ ਜਾਂਦਾ ਪਰਾਂਠੇ ਖਾਣ ਦਾ। ਲਓ ਜੀ ਇੱਧਰ ਤਵਾ ਧੋ ਕੇ ਰੱਖ ਦਿੱਤਾ ਅਤੇ ਨਾਲ ਗੈਸ ਨੂੰ ਵੀ ਔਨ ਕਰ ਦਿੱਤਾ ਅਤੇ ਹੁਣ ਆਪਾਂ ਪਰਾਂਠੇ ਬਣਾਉਣੇ ਸ਼ੁਰੂ ਕਰਦੇ ਹਾਂ ਅਤੇ ਨਾਲ ਦੇ ਨਾਲ ਬੱਚੇ ਖਾ ਲੈਣਗੇ ਗਰਮ ਗਰਮ। ਲਓ ਜੀ ਆਲੂਆਂ ਦੇ ਗਰਮ ਗਰਮ ਪਰੌਂਠੇ, ਮੱਖਣ ਅਤੇ ਨਾਲ ਦਹੀਂ, ਅਤੇ ਬੱਚੇ ਬੈਠੇ ਧੁੱਪ ਵਿੱਚ ਅਤੇ ਹੁਣ ਇੰਜੋਏ ਕਰਨਗੇ ਗਰਮ ਗਰਮ ਆਲੂਆਂ ਦੇ ਪਰੌਂਠੇ, ਅਤੇ ਤੁਸੀਂ ਵੀ ਆ ਜਾਓ, ਸਾਰੇ ਆਲੂ ਦੇ ਪਰੌਂਠੇ ਖਾ ਲਓ। ਪਾਣੀ ਦੇ ਜੀ।
ਲਓ ਜੀ, ਆਹ ਸੀ ਸਾਡਾ ਅੱਜ ਦਾ ਵਲੌਗ, ਅਤੇ ਇੱਦਾਂ ਦੀ ਹੋਰ ਵੀ ਤੁਹਾਡੇ ਨਾਲ ਵਧੀਆ ਵਧੀਆ ਵੀਡੀਓ ਸ਼ੇਅਰ ਕਰਾਂਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਇੱਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ।